ਜੀ ਬਾਠ ਸਾਹਿਬ ਕੀ ਕਹਿਣਾ ਚਾਹੋਗੇ ਅੱਜ 17,000 ਦੀ ਵੋਟ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਲੋਕਾਂ ਦਾ ਧੰਨਵਾਦ ਦੌਰਾ ਕਰਨ ਲੱਗੇ ਹੋ? ਦੇਖੋ ਜੀ, ਅੱਜ ਅਸੀਂ ਸਦਰ ਵਿਆਹ 'ਚ ਧੰਨਵਾਦ ਕਰ ਰਹੇ ਹਾਂ ਅਤੇ ਕਦੇ ਕਦੇ ਦੁਕਾਨ 'ਤੇ ਵੀ ਸਾਰਿਆਂ ਨੂੰ ਮਿਲ ਰਹੇ ਹਾਂ ਅਸੀਂ। ਸੋ ਇਹ ਦੇਖੋ ਬੜਾ ਅਹਿਮ ਅਤੇ ਬੜਾ ਜ਼ਰੂਰੀ ਹੈ, ਕਿਉਂਕਿ 17,000 ਵੋਟਰ ਨੇ ਗਦਈ ਵਾਰਡ ਦੀ ਇਮਾਨਦਾਰੀ ਅਤੇ ਸੱਚਾਈ 'ਤੇ ਮੋਹਰ ਲਾਈ। ਸੋ ਉਹਨਾਂ ਦਾ ਸਾਰਿਆਂ ਦਾ ਧੰਨਵਾਦ, ਮੈਂ ਸਾਰੇ ਹਲਕੇ ਦਾ ਧੰਨਵਾਦ ਕਰ ਰਿਹਾ ਵੀ ਭਾਈ ਤੁਸੀਂ ਮੇਰੇ 'ਤੇ ਵਿਸ਼ਵਾਸ ਕੀਤਾ ਅਤੇ ਮੈਂ ਇਹੀ ਅੱਜ ਜਿਹੜਾ ਧੰਨਵਾਦ ਦੌਰਾ ਸ਼ੁਰੂ ਕੀਤਾ। ਲੋਕਾਂ ਵਿੱਚ ਵਿਚਰੋ ਕਿੱਦਾਂ ਦਾ ਮਾਹੌਲ ਲੱਗ ਰਿਹਾ ਜੀ ਅੱਜ ਦੁਬਾਰਾ? ਬਹੁਤ ਵਧੀਆ ਜੀ, ਬਹੁਤ ਵਧੀਆ ਲੋਕ ਰਿਸਪੋਂਸ ਦੇ ਰਹੇ ਨੇ, ਕਹਿੰਦੇ ਕੋਈ ਗੱਲ ਨਹੀਂ, ਜਿੱਤਾਂ ਹਾਰਾਂ ਬਣੀਆਂ ਹੈਗੀਆਂ ਨੇ, ਸਾਰੇ ਮੈਨੂੰ ਇਹੀ ਕਹਿ ਰਹੇ ਕਹਿੰਦੇ ਵੀ ਤੁਸੀਂ ਜਿੱਤੇ ਹੋ, ਤੁਸੀਂ ਹਾਰੇ। ਸੋ ਇਹ ਜਿਹੜੀ ਪੋਜ਼ਿਟਿਵਿਟੀ ਆ ਇਹ ਮੇਰੇ ਵਾਸਤੇ ਬਹੁਤ। ਹਾਂਜੀ, ਤੁਹਾਨੂੰ ਚੋਣਾਂ ਦੌਰਾਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜੀ, ਤੁਹਾਡਾ ਜਿਹੜਾ ਮੇਨ ਟਾਰਗੇਟ ਸੀਗਾ ਜੀ ਆਮ ਆਦਮੀ ਪਾਰਟੀ ਨੂੰ ਹਰਾਉਣਾ, ਤਾਂ ਉਹਦੇ ਲਈ ਤੁਸੀਂ ਪ੍ਰਾਪਤੀ ਕੀਤੀ ਕੀ ਕਹੋਗੇ? ਦੇਖੋ ਜੀ, ਟਾਰਗੇਟ ਮੇਰਾ ਕਿਸੇ ਨੂੰ ਹਰਾਉਣਾ ਜਾਂ ਜਿਤਾਉਣਾ ਨਹੀਂ ਸੀ, ਮੇਰਾ ਟਾਰਗੇਟ ਸੀ ਮੈਂ ਆਪਣੀ ਇਮਾਨਦਾਰੀ ਲੋਕਾਂ 'ਚ ਲੈ ਕੇ ਜਾਵਾਂ। ਮੇਰਾ ਟਾਰਗੇਟ ਸੀ ਕਿ ਜੋ ਚੀਜ਼ਾਂ ਗਲਤ ਹੋ ਰਹੀਆਂ ਨੇ ਉਹਦੇ ਖਿਲਾਫ਼ ਮੈਂ ਲੋਕਾਂ 'ਚ ਗਿਆ ਅਤੇ ਲੋਕਾਂ ਨੇ ਫਤਵਾ ਦਿੱਤਾ, ਲੋਕਾਂ ਨੇ ਜਿਹੜਾ ਬਹੁਤ ਵਧੀਆ ਜਿਹੜਾ ਮੈਂਡੇਟ ਆ ਮੈਨੂੰ ਦਿੱਤਾ, 17,000 ਵੋਟ ਆ ਜਿਹੜੇ ਮੈਨੂੰ ਪਾਈ ਆ। ਸੋ ਮੈਂ ਦਿਲ ਦੀਆਂ ਗਰਾਹੀਆਂ ਚੁੰਬਣ ਵਾਲੇ ਹਲਕੇ ਦੇ ਲੋਕਾਂ ਦਾ ਧੰਨਵਾਦ। ਠੀਕ ਹੈ, ਤੁਹਾਡੇ ਚੋਣ ਜਿੱਤਣ ਤੋਂ ਬਾਅਦ ਤੁਹਾਨੂੰ ਕਿਸੇ ਪਾਰਟੀ ਦੇ ਆਫਰ ਆਏ ਨੇ ਜੀ? ਨਹੀਂ ਦੇਖੋ ਜੀ, ਅਸੀਂ ਤਾਂ ਹੁਣ ਆਪਣਾ ਸਾਰਿਆਂ ਦਾ ਧੰਨਵਾਦ ਕਰ ਰਹੇ ਹਾਂ, ਸਾਰੇ ਹਲਕੇ 'ਚ ਮੈਂ ਕਦੇ ਕਦੇ ਵੋਟਰ ਤੱਕ ਪਹੁੰਚ ਕਰੂੰਗਾ। ਕੋਈ ਗੱਲ ਨਹੀਂ, ਇਹ ਚੀਜ਼ਾਂ ਨੇ ਜਿਹੜੀਆਂ ਤਾਂ ਸਮੇਂ ਦੇ ਗਰਭ 'ਚ ਨੇ, ਇਹ ਚੀਜ਼ਾਂ ਚੱਲਦੀਆਂ ਨੇ। ਆਪਣਾ ਰੋੜਾ ਬਣਿਓ, ਤੁਹਾਨੂੰ ਵਾਪਸੀ ਲਈ ਵੀ ਕਿਹਾ ਗਿਆ ਸੀਗਾ ਜੀ? ਕੋਈ ਗੱਲ ਨਹੀਂ ਜੀ, ਹੁਣ ਦੇਖੋ ਉਹਨਾਂ ਦੇ ਆਪਦੇ ਪ੍ਰੋਰੋਗੇਟਿਵ ਨੇ, ਜੇ ਕੋਈ ਗੱਲ ਕਹਿ ਰਹੇ ਹਾਂ ਤਾਂ ਉਹਨਾਂ ਦੇ ਆਪਦਾ ਅਧਿਕਾਰ ਖੇਤਰ, ਮੇਰਾ ਆਪਦਾ ਅਧਿਕਾਰ ਖੇਤਰ, ਇਹ ਸਮੇਂ ਦੇ ਗਰਭ 'ਚ ਅੱਗੇ ਕੀ ਹੋਊਗਾ, ਇਹਨਾਂ ਸੋਚ ਕੇ ਅਸੀਂ ਜ਼ਿੰਦਗੀ 'ਚ ਜਿਉਂਦੇ ਨਹੀਂ। ਪਰਮਾਤਮਾ 'ਤੇ ਜੋ ਪਰਮਾਤਮਾ ਕਰੂਗਾ ਚੰਗਾ ਹੀ ਕਰੂਗਾ।